सत श्री अकाल जी, यादिंदर सिंह बराड़ वालों तुहाडा स्वागत है जी पंजाबी चैनल दे उपर। ते लेके हाजिर तुहाडे वास्ते मोटिवेशनल स्टोरी। स्टोरी अज आपां गल्लबात करांगे जी व्हाट्सएप दी। व्हाट्सएप अपने सारयां दे फोनां दे विच मौजूद हैगा आ। आपां उह कॉलिंग वास्ते यूज करदे आ, वीडियो कॉल वास्ते यूज करदे आ, मैसेज वास्ते यूज करदे आ, फोटोआं घल्लण वास्ते यूज करदे आ, होर वी जिहड़ा कि डाकूमेंट घल्लण वास्ते वी व्हाट्सएप अज दी डेट दे विच कम आउंदा आ। ਕੀ ਤੁਹਾਨੂੰ ਇਹਦੀ ਪਿਛਲੀ ਸਟੋਰੀ ਪਤਾ ਹੈ ਵੀ ਇਹ ਕਿਹੜੇ ਸਨ ਦੇ ਵਿੱਚ ਸਟਾਰਟ ਹੋਇਆ ਆ, ਕਿੰਨੀ ਮਿਹਨਤ ਹੋਈ ਆ, ਇਹਦੇ ਪਿੱਛੇ ਕੌਣ ਸੀਗਾ? ਤੇ ਬਹੁਤ ਹੀ ਵਧੀਆ ਇੰਟਰਸਟਿੰਗ ਸਟੋਰੀ ਆ। ਆਪ ਤਾਂ ਤੁਸੀਂ ਦੇਖਿਓ ਹੀ, ਆਪਣੇ ਬੱਚਿਆਂ ਨੂੰ ਕੋਲ ਬਿਠਾ ਲਓ। ਆਹ ਵੀਡੀਓ ਤੁਹਾਡੇ ਬੱਚਿਆਂ ਦੇ ਕੰਮ ਦੀ ਵੀ ਆ, ਵੀ ਥੋੜੀ ਜਿਹੀ ਬੱਚਿਆਂ ਨੂੰ ਵੀ ਜਾਣਕਾਰੀ ਮਿਲੂਗੀ ਵੀ ਇਹ ਕਿਹਨੇ ਸਟਾਰਟ ਕੀਤਾ ਸੀਗਾ। ਇਸ ਚੀਜ਼ ਦੀ ਜਾਣਕਾਰੀ ਹੋਣੀ ਜ਼ਰੂਰੀ ਆ। ਇਹ ਜੀ ਦੋ ਦੋਸਤ ਸੀਗੇ ਜਿਨ੍ਹਾਂ ਨੇ ਇਹ ਐਪਲੀਕੇਸ਼ਨ ਬਣਾਈ ਸੀਗੀ। ਜਿਹੜਾ ਕਿ ਸਭ ਤੋਂ ਪਹਿਲਾਂ ਬੰਦਾ ਸੀਗਾ ਉਹਦਾ ਨਾਮ ਸੀਗਾ ਜੀ ਜੈਨਕੌਮ, ਤੇ ਦੂਸਰੇ ਦਾ ਨਾਮ ਸੀਗਾ ਬ੍ਰਾਇਨ ਐਕਟਨ। ਜਿਹੜਾ ਜੈਨਕੌਮ ਸੀਗਾ ਉਹ ਯੂਕਰੇਨ ਦਾ ਰਹਿਣ ਵਾਲਾ ਸੀਗਾ। ਯੂਕਰੇਨ ਦੇ ਵਿੱਚ ਲੜਾਈ ਬਹੁਤ ਲੱਗੀ ਹੋਈ ਸੀਗੀ ਉਹਨਾਂ ਦਿਨਾਂ ਦੇ ਵਿੱਚ, ਜਦੋਂ ਉਹ ਬਚਪਨ ਦੇ ਵਿੱਚ ਸੀਗਾ। 15-16 ਸਾਲ ਉਸ ਦੀ ਉਮਰ ਸੀਗੀ। ਉਸ ਤੋਂ ਬਾਅਦ ਉਹ 1996 ਦੇ ਆਸ ਪਾਸ ਅਮੈਰੀਕਾ ਦੇ ਵਿੱਚ ਆ ਗਏ ਸੀਗੇ। ਜਦੋਂ ਅਮੈਰੀਕਾ ਦੇ ਵਿੱਚ 1996 ਦੇ ਵਿੱਚ ਆ ਗਿਆ ਸੀਗਾ ਸਾਰਾ ਪਰਿਵਾਰ, ਤੇ ਇੱਥੇ ਗੌਰਮੈਂਟ ਨੇ ਜਿਹੜਾ ਕਿ ਉਹਨਾਂ ਨੂੰ ਰਹਿਣ ਵਾਸਤੇ ਘਰ ਦਿੱਤਾ ਸੀਗਾ। ਕੁਛ ਉਹਨਾਂ ਨੇ ਕ੍ਰਿਟੀਕਲ ਸਟੇ ਲਈ ਸੀਗੀ, ਕੇਸ ਦਾ ਕਰਵਾਇਆ ਸੀਗਾ, ਤੇ ਸਾਰਾ ਪਰਿਵਾਰ ਜਿਹੜਾ ਕਿ ਕੰਮਾਂ ਕਾਰਾਂ ਦੇ ਉੱਪਰ ਲੱਗ ਗਿਆ ਸੀਗਾ। ਤੇ ਆਪ ਵੀ ਜਿਹੜਾ ਜੈਨਕੌਮ ਸੀਗਾ ਉਹ ਕਿਸੇ ਸਟੋਰ ਦੇ ਉੱਪਰ ਸਫਾਈ ਦਾ ਕੰਮ ਕਰਦਾ ਹੁੰਦਾ ਸੀਗਾ, ਤੇ ਨਾਲ ਨਾਲ ਉਹ ਆਪਣੀ ਪੜ੍ਹਾਈ ਵੀ ਯੂਨੀਵਰਸਿਟੀ ਤੋਂ ਕਰਦਾ ਹੁੰਦਾ ਸੀਗਾ। ਉਹਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਪਿਊਟਰ ਨਹੀਂ ਸੀਗਾ, ਤੇ ਉਹਨੇ ਇੱਕ ਕਿਤਾਬਾਂ ਵਾਲੀ ਦੁਕਾਨ ਦੇ ਉੱਪਰੋਂ ਪੁਰਾਣਾ ਕੰਪਿਊਟਰ ਲਿਆ। ਉੱਥੋਂ ਉਹਨੇ ਮਾੜਾ ਮੋਟਾ ਚਲਾਉਣਾ ਸਿੱਖਿਆ, ਉਹਦੀ ਸਾਰੀ ਜਿਹੜੀ ਮੈਨੂਅਲ ਬੇਸਿਕ ਸਾਰੀ ਜਾਣਕਾਰੀ ਉਹਨੇ ਲਈ ਹੌਲੀ ਹੌਲੀ। ਤੇ ਜਦੋਂ ਉਹਨੂੰ ਸਾਰਾ ਕੁਛ ਪਤਾ ਲੱਗ ਗਿਆ ਮਾੜਾ ਮੋਟਾ, ਤੇ ਉਹਨੇ ਜਿਹੜਾ ਕੰਪਿਊਟਰ ਆ ਉਹ ਵੇਚਤਾ, ਤੇ ਉਸ ਤੋਂ ਬਾਅਦ ਉਹ ਇੱਕ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਉਹਨੇ ਥੋੜ੍ਹਾ ਜਿਹਾ ਟਾਈਮ ਕੰਮ ਕੀਤਾ, ਤੇ ਫਿਰ ਉਸ ਤੋਂ ਡਾਇਰੈਕਟ ਜਿਹੜੀ ਕਿ ਉਹਨੂੰ ਨੌਕਰੀ ਮਿਲੀ ਸਨ 2000 ਦੇ ਵਿੱਚ ਯਾਹੂ ਦੇ ਵਿੱਚ। ਯਾਹੂ ਦੇ ਵਿੱਚ ਉਹਨੂੰ ਜਿਹੜਾ ਕਿ ਉਹਦਾ ਦੂਸਰਾ ਦੋਸਤ ਆ ਬ੍ਰਾਇਨ ਐਕਟਨ, ਉਹ ਉਸਨੂੰ ਯਾਹੂ ਦੇ ਵਿੱਚ ਮਿਲਿਆ। ਜਦੋਂ ਬ੍ਰਾਇਨ ਐਕਟਨ ਨੇ ਇਹਨੂੰ ਜੈਨਕੌਮ ਨੂੰ ਦੇਖਿਆ, ਤੇ ਉਹਨੂੰ ਲੱਗਿਆ ਯਾਰ ਵੀ ਇਹ ਬੰਦਾ ਜਿਹੜਾ ਵੀ ਸਾਰਿਆਂ ਤੋਂ ਵੱਖ ਆ, ਤੇ ਜਿਹੜਾ ਆਪਦਾ ਕੰਮ ਬਹੁਤ ਮਿਹਨਤ ਦੇ ਨਾਲ ਇਹ ਕਰਦਾ ਆ, ਤੇ ਉਹ ਦੋਵੇਂ ਬਹੁਤ ਚੰਗੇ ਦੋਸਤ ਬਣ ਗਏ। ਤੇ ਦੋਵਾਂ ਨੇ 10 ਸਾਲ ਲਗਾਤਾਰ 9-10 ਸਾਲ ਯਾਹੂ ਦੇ ਵਿੱਚ ਵਧੀਆ ਕੰਮ ਕੀਤਾ, ਤੇ ਚੰਗੇ ਜਿਹੜੇ ਕਿ ਪੈਸੇ ਉੱਥੇ ਜੋੜੇ। ਤੇ 1 ਸਾਲ ਦਾ ਇਹਨਾਂ ਨੇ ਕਿਹਾ ਵੀ ਹੁਣ ਛੁੱਟੀਆਂ ਦੇ ਉੱਪਰ ਚੱਲੀਏ, ਤੇ ਇਹਨਾਂ ਨੇ ਜਿਹੜਾ ਕਿ ਯਾਹੂ ਦੇ ਵਿੱਚੋਂ ਅਸਤੀਫਾ ਦੇ ਦਿੱਤਾ। ਉਸ ਟਾਈਮ ਯਾਹੂ ਮੇਲ ਬਹੁਤ ਜ਼ਿਆਦਾ ਚੱਲਦਾ ਹੁੰਦਾ ਸੀ 2008-09 ਦੇ ਵਿੱਚ, ਤੇ ਜਦੋਂ ਇਹਨਾਂ ਨੇ ਅਸਤੀਫਾ ਦੇ ਦਿੱਤਾ, ਤੇ ਉਸ ਤੋਂ ਬਾਅਦ ਇਹਨਾਂ ਨੇ ਛੁੱਟੀਆਂ ਬਿਤਾਈਆਂ ਥੋੜ੍ਹਾ ਜਿਹਾ ਟਾਈਮ, ਤੇ ਉਦੋਂ ਬਾਅਦ ਜੈਨਕੌਮ ਇੱਕ ਦਿਨ ਫਿਲਮ ਦੇਖ ਰਿਹਾ ਸੀਗਾ, ਤੇ ਉਹਦੇ ਦਿਮਾਗ ਦੇ ਵਿੱਚ ਆਈਡੀਆ ਆਇਆ ਕਿ ਯਾਰ ਮੈਂ ਫਿਲਮ ਦੇਖ ਲਈ, ਤੇ ਆਪਣੇ ਮੈਂ ਦੋਸਤ ਨੂੰ ਦੱਸਣਾ ਆ ਕਿ ਯਾਰ ਫਿਲਮ ਬਹੁਤ ਵਧੀਆ, ਤੇ ਮੈਂ ਕਿਸ ਤਰੀਕੇ ਦੇ ਨਾਲ ਆਪਣੇ ਦੋਸਤਾਂ ਨੂੰ ਦੱਸਾਂ। ਤੇ ਉਹਨੇ ਕਿਹਾ ਵੀ ਉਹਦੇ ਵਿੱਚੋਂ ਹੀ ਉਹਨੂੰ ਫਿਲਮ ਦੇ ਵਿੱਚੋਂ ਇੱਕ ਲਫ਼ਜ਼ ਮਿਲਿਆ ਸੀਗਾ ਵਟਸਐਪ। ਵਟਸਐਪ ਜਿਹੜਾ ਲਫ਼ਜ਼ ਉਹਨੂੰ ਮਿਲਿਆ ਸੀਗਾ, ਜਦੋਂ ਆਪਾਂ ਗੋਰੇ ਜਿਹੜੇ ਆਪਸ ਦੇ ਵਿੱਚ ਮਿਲਦੇ ਆ, ਤੇ ਉਹ ਕਹਿੰਦੇ ਆ ਵਟਸਐਪ ਬੜੀ ਵੀ ਜਿੱਦਾਂ ਕੀ ਹਾਲ ਆ, ਜਿੱਦਾਂ ਪੰਜਾਬੀ ਦੇ ਵਿੱਚ ਕਹਿ ਲਓ, ਤੇ ਉਹਨੂੰ ਇੱਥੋਂ ਲਫ਼ਜ਼ ਬਹੁਤ ਵਧੀਆ ਉਹਨੂੰ ਇੱਕ ਕੈਚੀ ਜਿਹਾ ਲਫ਼ਜ਼ ਲੱਭਿਆ ਵੀ ਆਸਾਨ ਜਿਹਾ ਵੀ ਵਟਸਐਪ ਯਾਰ ਵੀ ਲਫ਼ਜ਼ ਚੱਲਣ ਵਾਲਾ, ਤੇ ਕਿਉਂ ਨਾ ਇੱਕ ਐਪਲੀਕੇਸ਼ਨ ਜਾਂ ਇੱਦਾਂ ਦੀ ਇੱਕ ਵੈਬਸਾਈਟ ਤਿਆਰ ਕੀਤੀ ਜਾਵੇ ਜਿਹਦੇ ਵਿੱਚ ਲੋਕ ਇੱਕ ਦੂਜੇ ਦੇ ਨਾਲ ਮੈਸੇਜ ਜਿਹੜੇ ਕਿ ਸਾਂਝੇ ਕੀਤੇ ਜਾਣ। ਤੇ ਜਦੋਂ ਉਹਨੇ ਬ੍ਰਾਇਨ ਐਕਟਨ ਦੇ ਨਾਲ ਆਪਣੇ ਦੋਸਤ ਦੇ ਨਾਲ ਸਾਰੀ ਗੱਲਬਾਤ ਕੀਤੀ, ਤੇ ਉਹਨੇ ਕਿਹਾ ਯਾਰ ਵੀ ਟਰਾਈ ਮਾਰ ਲੈਂਦੇ ਆ, ਵੀ ਕੰਮ ਇੰਨਾ ਔਖਾ ਨਹੀਂ ਹੈਗਾ, ਵੀ ਕੰਮ ਸੌਖਾ ਹੀ ਆਪਾਂ ਨੂੰ ਦੋਹਾਂ ਨੂੰ ਕੰਮ ਆਉਂਦਾ ਆ, ਵੀ ਤੂੰ WOO ਦੇ ਵਿੱਚ ਕੰਮ ਕੀਤਾ, ਯਾਨੀ ਕਿ ਤੇਰਾ ਹੋਰ ਡਿਪਾਰਟਮੈਂਟ ਸੀਗਾ, ਮੇਰਾ ਯਾਹੂ ਦੇ ਵਿੱਚ ਜ਼ਿਆਦਾ ਐਕਸਪੀਰੀਅੰਸ ਆ, ਤੇ ਆਪਾਂ ਟਰਾਈ ਕਰ ਲੈਂਦੇ ਹਾਂ। ਉਹਨਾਂ ਨੇ ਐਪਲੀਕੇਸ਼ਨ 'ਤੇ ਕੰਮ ਕਰਨਾ ਸਟਾਰਟ ਕੀਤਾ, ਅਤੇ ਉਹਨਾਂ ਦੀ ਜਿਹੜੀ ਕਿ ਐਪਲੀਕੇਸ਼ਨ ਬਣੀ ਨਹੀਂ, ਯਾਨੀ ਕਿ ਪੈਸੇ ਕਾਫੀ ਉਹਨਾਂ ਦੇ ਜਿਹੜੇ ਕਿ ਖਰਾਬ ਹੋ ਗਏ, ਦੋਵਾਂ ਦੇ ਪੈਸੇ ਤਕਰੀਬਨ ਮੁੱਕ ਹੀ ਗਏ ਸੀਗੇ। ਤੇ ਉਹ ਫਿਰ 2010 ਦੇ ਵਿੱਚ ਜਦੋਂ ਉਹ ਫੇਸਬੁੱਕ ਦੇ ਦਫ਼ਤਰ ਦੇ ਵਿੱਚ ਕੰਮ ਮੰਗਣ ਵਾਸਤੇ ਗਏ ਦੋਵੇਂ ਜਾਣੇ, ਤੇ ਫੇਸਬੁੱਕ ਵਾਲਿਆਂ ਨੇ ਕੰਮ 'ਤੇ ਰੱਖਣ ਤੋਂ ਮਨਾ ਕਰਤਾ। ਉਸ ਤੋਂ ਬਾਅਦ ਫਿਰ ਉਹ ਟਵਿੱਟਰ ਕੋਲੇ ਗਏ, ਟਵਿੱਟਰ ਵਾਲਿਆਂ ਨੇ ਵੀ ਜਿਹੜਾ ਕਿ ਉਹਨਾਂ ਨੂੰ ਕੰਮ 'ਤੇ ਰੱਖਣ ਤੋਂ ਮਨਾ ਕਰਤਾ। ਉਹਨਾਂ ਨੇ ਕਿਹਾ ਵੀ ਸਾਡੇ 'ਚ ਕੁਛ ਨਾ ਕੁਛ ਤਾਂ ਹੈਗਾ ਆ, ਵੀ ਜੇ ਅਸੀਂ ਯਾਹੂ ਦੇ ਵਿੱਚ ਕੰਮ ਕੀਤਾ ਆ, ਅਤੇ ਸਾਨੂੰ ਫੇਸਬੁੱਕ ਟਵਿੱਟਰ ਵਾਲਿਆਂ ਨੇ ਜੇ ਕੰਮ ਤੋਂ ਕੱਢਿਆ, ਤਾਂ ਅਸੀਂ ਕੁਛ ਅਜਿਹਾ ਕਰੀਏ ਵੀ ਅਸੀਂ ਇਹਨਾਂ ਤੋਂ ਅੱਗੇ ਨਿਕਲੀਏ। ਇਹ ਚੀਜ਼ ਹੁੰਦੀ ਹੈ ਵੀ ਮਿਹਨਤ ਕਰਨੀ ਵੀ ਲਗਾਤਾਰ। ਉਹਨਾਂ ਨੇ ਫਿਰ ਕੀ ਕੀਤਾ, ਆਪਣੇ ਜਿਹੜੇ ਦੋਸਤ ਸੀਗੇ ਜਿਹੜੇ ਯਾਹੂ ਦੇ ਵਿੱਚ ਪੁਰਾਣੇ ਕੰਮ ਕਰਦੇ ਸੀਗੇ, ਸਾਰਿਆਂ ਨੂੰ ਸੱਦਿਆ, ਇੱਕ ਜਗ੍ਹਾ ਦੇ ਉੱਪਰ ਮੀਟਿੰਗ ਰੱਖੀ, ਸਾਰਿਆਂ ਨੂੰ ਆਪਣਾ ਆਈਡੀਆ ਦੱਸਿਆ ਵੀ ਅਸੀਂ ਇਸ ਤਰੀਕੇ ਦੀ ਇੱਕ ਐਪਲੀਕੇਸ਼ਨ ਬਣਾ ਰਹੇ ਹਾਂ, ਅਤੇ ਸਾਡੀ ਹੈਲਪ ਕਰੋ। ਸਾਰੇ ਦੋਸਤਾਂ ਨੇ
ਆਪੋ ਆਪਣੇ ਵਿਚਾਰ ਦਿੱਤੇ ਕਿ ਇਸ ਤਰੀਕੇ ਨਾਲ ਆਪਾਂ ਐਪਲੀਕੇਸ਼ਨ ਬਣਾ ਸਕਦੇ ਹਾਂ, ਇਸ ਤਰੀਕੇ ਨਾਲ ਬਣ ਸਕਦੀ ਹੈ, ਅਤੇ ਸਾਰਿਆਂ ਨੇ ਜਿਹੜਾ ਕਿ ਇੱਕ ਟੀਮ ਬਣ ਗਈ ਸੀਗੀ ਉਸ ਟਾਈਮ ਦੋਵਾਂ ਤੋਂ, ਅਤੇ ਸਾਰੀ ਟੀਮ ਨੇ ਮਿਲ ਕੇ ਕੰਮ ਕਰਨਾ ਸਟਾਰਟ ਕੀਤਾ, ਅਤੇ ਲਗਾਤਾਰ ਜਿਹੜੇ ਕਿ ਉਹ ਮਿਹਨਤ ਕਰਦੇ ਗਏ, ਅਤੇ ਜਿਹੜੇ ਸਾਰੀ ਟੀਮ ਰਲੀ ਸੀਗੀ ਉਹਨਾਂ ਨੇ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਇੱਕ ਦਫ਼ਤਰ ਉਹਨਾਂ ਨੇ ਲੈ ਲਿਆ, ਫਿਰ ਉਸ ਤੋਂ ਬਾਅਦ ਸਾਰਾ ਜਿਹੜਾ ਕਿ ਕੰਮ ਹੌਲੀ ਹੌਲੀ ਲੋਕਾਂ ਨੇ ਡਾਊਨਲੋਡਿੰਗ ਕਰਨੀ ਸਟਾਰਟ ਕਰ ਦਿੱਤੀ ਗਈ, ਅਤੇ ਉਹਨਾਂ ਦਿਨਾਂ ਦੇ ਵਿੱਚ ਸਕਾਈਪੀ ਹੋ ਗਿਆ ਜਾਂ BBM ਹੋ ਗਿਆ, ਅਤੇ ਇੱਦਾਂ ਦੀਆਂ ਹੋਰ ਐਪਲੀਕੇਸ਼ਨਾਂ ਜਿਹੜੀਆਂ ਕਿ ਲੋਕ ਇਸਤੇਮਾਲ ਕਰਦੇ ਹੁੰਦੇ ਸੀ ਸਕਾਈਪੀ ਵੀਡੀਓ ਕਾਲ ਵਾਸਤੇ। ਸਕਾਈਪੀ ਮੈਨੂੰ ਦੱਸਿਓ ਕਿਹਨੇ ਕਿਹਨੇ ਇਸਤੇਮਾਲ ਕੀਤੀ ਆ, ਮੈਂ ਤਾਂ ਬਹੁਤ ਵੀਡੀਓ ਕਾਲਿੰਗ ਵਾਸਤੇ ਸਕਾਈਪੀ ਇਸਤੇਮਾਲ ਕੀਤੀ ਹੈ, ਅਤੇ BBM ਵੀ ਦੱਸਿਓ ਕਿਹਨਾਂ ਨੇ ਇਸਤੇਮਾਲ ਕੀਤਾ ਹੈ। ਬਲੈਕਬੈਰੀ ਦੇ ਫੋਨ ਦੇ ਵਿੱਚ BBM ਹੁੰਦਾ ਸੀਗਾ, ਯਾਨੀ ਕਿ ਮੈਸੇਜ ਘੱਲਣ ਵਾਸਤੇ, ਅਤੇ ਉਹਨਾਂ ਦਿਨਾਂ ਦੇ ਵਿੱਚ ਐਪਲ ਨੇ ਵੀ ਯਾਨੀ ਕਿ ਚੰਗੀ ਰਫ਼ਤਾਰ ਫੜੀ ਹੋਈ ਸੀਗੀ ਪਲੇ ਸਟੋਰ ਦੇ ਵਿੱਚ, ਉਹ ਦੇਖਦੇ ਹੁੰਦੇ ਸੀ ਵੀ ਕਿਹੜੀ ਐਪਲੀਕੇਸ਼ਨ ਲੋਕ ਜ਼ਿਆਦਾ ਡਾਊਨਲੋਡ ਕਰ ਰਹੇ ਆ। 2014 ਦੇ ਵਿੱਚ ਇੱਕਦਮ ਜਿਹੜਾ ਕਿ ਵਟਸਐਪ ਦਾ ਕਰੇਜ਼ ਜਿੱਦਾਂ ਲੋਕਾਂ ਦੇ ਵਿੱਚ ਫੈਲ ਗਿਆ, ਲੋਕਾਂ ਨੂੰ ਪਤਾ ਲੱਗਣ ਲੱਗ ਗਿਆ, ਹਰ ਇੱਕ ਕਹਿਣ ਲੱਗ ਗਿਆ ਵੀ ਵਟਸਐਪ ਡਾਊਨਲੋਡ ਕਰੋ ਯਾਰ, ਵੀ ਵਧੀਆ ਫ੍ਰੀ ਕਾਲ ਦੇ ਵਿੱਚ, ਖਾਸ ਕਰਕੇ ਜਿਹੜੇ ਬਾਹਰਲੇ ਸੀਗੇ NRI ਸੀਗੇ ਉਹਨਾਂ ਨੂੰ ਸੌਖਾ ਹੋ ਗਿਆ ਆ ਵੀ ਕਾਲ ਕਰਨੀ, ਕਿਉਂਕਿ ਪਹਿਲਾਂ ਸਾਰੇ ਕਾਰਡ ਲੈਂਦੇ ਹੁੰਦੇ ਸੀ। ਮੈਂ ਖੁਦ ਕਾਰਡ ਲੈਂਦਾ ਹੁੰਦਾ ਸੀਗਾ ਇੰਡੀਆ ਨੂੰ ਕਾਲ ਕਰਨ ਵਾਸਤੇ, ਐਰੋਲਤੀਨਾ ਜਾਂ 555 ਕਾਰਡ ਹੁੰਦਾ ਸੀ, ਕਿੰਨਾ ਕਿੰਨਾ ਨੇ ਉਹ ਕਾਰਡ ਲਏ ਉਹ ਵੀ ਕਮੈਂਟ ਕਰਕੇ ਦੱਸਿਓ। ਯੂਰਪ ਦੇ ਵਿੱਚੋਂ ਇਹ ਕਾਰਡ ਚੱਲਦੇ ਹੁੰਦੇ ਸੀਗੇ ਕਾਲ ਕਰਨ ਵਾਸਤੇ, ਅਤੇ ਉਦੋਂ ਫਿਰ ਹੋ ਗਿਆ ਕਿ ਵਟਸਐਪ ਡਾਊਨਲੋਡ ਕਰੋ ਯਾਰ, ਅਗਲੇ ਨੂੰ ਆਪਣੇ ਦੋਸਤਾਂ ਨੂੰ ਕਹਿਣਾ ਵੀ ਇੱਦਾਂ, ਲੋਕਾਂ ਨੇ ਆਪਸ ਵਿੱਚ ਰੈਫਰੈਂਸ ਦੇ ਕੇ ਯਾਨੀ ਕਿ ਕਹਿ ਕੇ ਵੀ ਯਾਰ ਕਰ ਲੈ ਐਪਲੀਕੇਸ਼ਨ ਬਹੁਤ ਵਧੀਆ ਆ, ਅਤੇ ਮਿਲੀਅਨ ਦੇ ਹਿਸਾਬ ਦੇ ਨਾਲ ਜਿਹੜੇ ਕਿ ਡਾਊਨਲੋਡਿੰਗ ਸਟਾਰਟ ਹੋ ਗਈ ਐਪਲੀਕੇਸ਼ਨ ਦੀ। ਦੇਖਦੇ ਦੇਖਦੇ ਜਿਹੜੀ ਉਹ ਐਪਲੀਕੇਸ਼ਨ ਇੰਨੀ ਫੈਲ ਗਈ ਕਿ ਉਹ ਜਿਹੜੀ ਪਲੇ ਸਟੋਰ ਸੀਗਾ ਉਹਦੇ ਟੌਪ 20 ਦੇ ਵਿੱਚ, ਕਿ ਜਿਹੜੀਆਂ ਐਪਲ ਦੇ ਫੋਨ ਦੇ ਵਿੱਚ 20 ਐਪਲੀਕੇਸ਼ਨਾਂ ਸੀਗੀਆਂ ਮੂਹਰੇ, ਉਹਨਾਂ ਦੇ ਵਿੱਚ ਉਹ ਵਟਸਐਪ ਦਾ ਨਾਂ ਆ ਗਿਆ, ਅਤੇ ਐਂਡਰਾਇਡ ਦੇ ਵਿੱਚ ਵੀ ਉਹ ਆ ਗਈ ਸੀਗੀ ਐਪਲੀਕੇਸ਼ਨ। ਅਤੇ ਉਦੋਂ ਕੀ ਹੋਇਆ ਕਿ ਜਿਹੜਾ ਫੇਸਬੁੱਕ ਦਾ ਮਾਲਕ ਸੀਗਾ, ਜਦੋਂ ਉਹਨੇ ਦੇਖਿਆ ਕਿ ਯਾਰ ਵਟਸਐਪ ਹਰ ਪਾਸੇ ਰੌਲਾ ਪੈ ਰਿਹਾ, ਫੇਸਬੁੱਕ ਤੋਂ ਯੂਜ਼ਰ ਘਟੇ ਜਾ ਰਹੇ ਆ, ਫੇਸਬੁੱਕ ਘਟਦੀ ਜਾ ਰਹੀ ਆ, ਵਟਸਐਪ ਵਾਲੇ ਪਾਸੇ ਦੁਨੀਆ ਇੱਕਦਮ ਪਾਗਲ ਹੋ ਗਈ ਸੀਗੀ, ਇਹਨਾਂ ਨੇ ਕਾਲਿੰਗ ਦਾ ਕੰਮ ਉਦੋਂ ਸਟਾਰਟ ਕਰਤਾ ਸੀ ਕਾਲ ਕਰਨ ਦਾ, ਫਿਰ ਵੀਡੀਓ ਕਾਲ ਦਾ ਫੀਚਰ ਵੀ ਬਾਅਦ 'ਚ ਉਹਨਾਂ ਨੇ ਸਟਾਰਟ ਕਰਤਾ ਸੀਗਾ। ਅਤੇ ਫੇਸਬੁੱਕ ਦੇ ਖੁਦ ਮਾਲਕ ਨੇ ਜਿਹੜਾ ਕਿ ਜੈਨਕੋਮ ਜਿਹੜਾ ਕਿ ਯੂਕਰੇਨ ਤੋਂ ਆਇਆ ਸੀ, ਉਹਨਾਂ ਦੇ ਨਾਲ ਸੰਪਰਕ ਕੀਤਾ ਕਿ ਯਾਰ ਵੀ ਅਸੀਂ ਜਿਹੜੀ ਤੇਰੀ ਐਪਲੀਕੇਸ਼ਨ ਆ ਉਹ ਖਰੀਦਣੀ ਚਾਹੁੰਦੇ ਹਾਂ, ਅਤੇ ਉਦੋਂ ਉਹਨਾਂ ਨੇ ਕਿਹਾ ਵੀ ਕੋਈ ਚੱਕਰ ਹੀ ਨਹੀਂ ਹੈਗਾ, ਅਸੀਂ ਵੇਚ ਦਿੰਦੇ। ਉਹਨਾਂ ਨੇ ਸਾਰਿਆਂ ਨੇ ਰੈਸਲਾ ਕੀਤੀ, ਅਤੇ $19 ਬਿਲੀਅਨ ਡਾਲਰ ਦੀ ਜਿਹੜੀ ਕਿ ਐਪਲੀਕੇਸ਼ਨ ਵੇਚੀ ਹੈ, ਤਕਰੀਬਨ ਇੰਡੀਅਨ ਕਰੰਸੀ ਦੇ ਹਿਸਾਬ ਨਾਲ 1,00,000 ਕਰੋੜ ਤੋਂ ਉੱਪਰ ਜਿਹੜਾ ਕਿ ਪੈਸਾ ਬਣਦਾ ਹੈ। ਇਸ ਨੂੰ ਕਹਿੰਦੇ ਆ ਮਿਹਨਤ ਕਰਨੀ, ਨਾ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਫੇਸਬੁੱਕ ਟਵਿੱਟਰ ਨੇ ਜਵਾਬ ਦਿੱਤਾ ਜੀ ਕੰਮ ਦੇ ਉੱਪਰ ਅਸੀਂ ਨਿਕੰਮੇ ਹੀ, ਅਸੀਂ ਕੁਛ ਕਰ ਨਹੀਂ ਸਕਦੇ। ਜ਼ਿਆਦਾਤਰ ਬੰਦੇ ਇੱਦਾਂ ਹੀ ਡਿਪਰੈਸ਼ਨ ਦੇ ਵਿੱਚ ਲੈ ਜਾਂਦੇ ਆ ਕਿ ਸਾਨੂੰ ਕੰਮ ਤੋਂ ਕੱਢਤਾ ਜਾਂ ਸਾਨੂੰ ਕੰਮ ਮਿਲਦਾ ਨਹੀਂ ਪਿਆ, ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਤੁਹਾਡੇ ਸਾਹਮਣੇ ਤੁਹਾਨੂੰ ਸਟੋਰੀ ਸੁਣਾਈ ਆ ਵੀ ਕਿੱਦਾਂ ਉਹਨਾਂ ਨੇ ਜਿਹੜੀ ਕਿ ਮਿਹਨਤ ਕੀਤੀ ਹੈ, ਅਤੇ ਮਿਹਨਤ ਕਰਕੇ ਅਤੇ ਫੇਸਬੁੱਕ ਦਾ ਮਾਲਕ ਜਿਹੜਾ ਕਿ ਮਜਬੂਰ ਹੋ ਗਿਆ ਐਪਲੀਕੇਸ਼ਨ ਖਰੀਦਣ ਵਾਸਤੇ, ਅਤੇ $19 ਬਿਲੀਅਨ ਦੀ ਉਹਨਾਂ ਨੇ ਐਪਲੀਕੇਸ਼ਨ ਵੇਚਤੀ। ਜਿਹੜਾ ਜੈਨਕੋਮ ਆ ਦੁਨੀਆ ਦੇ 202 ਨੰਬਰ ਦੇ ਉੱਪਰ ਆ, ਉਹ ਜਿਹੜੇ ਕਿ ਅਮੀਰਾਂ ਦੀ ਲਿਸਟ ਦੇ ਵਿੱਚ ਆ ਕਿ ਇੰਨਾ ਉਹਦੇ ਕੋਲ ਇਸ ਟਾਈਮ ਪੈਸਾ, ਅਤੇ ਦੂਜਾ ਜਿਹੜਾ ਬ੍ਰਾਇਨ ਐਕਟਨ ਆ ਉਹ 500 ਨੰਬਰ ਦੇ ਉੱਪਰ ਆ ਦੁਨੀਆ ਦੇ ਜਿਹੜੇ ਅਮੀਰਾਂ ਦੀ ਲਿਸਟ ਦੇ ਵਿੱਚ ਆ। ਮਿਹਨਤ ਜ਼ਰੂਰ ਰੰਗ ਲੈ ਕੇ ਆਉਂਦੀ ਆ, ਵਟਸਐਪ ਤਾਂ ਉਹਨਾਂ ਨੇ ਵੇਚਿਆ $19 ਬਿਲੀਅਨ ਦਾ, ਅਤੇ ਨਾਲ ਉਹਨਾਂ ਨੇ ਜਿਹੜਾ ਕਿ ਆਪਣਾ ਹਿੱਸਾ ਵੀ, ਸ਼ੇਅਰ ਹੋਲਡਰ ਵੀ ਉਹਨਾਂ ਨੇ ਵਿੱਚ ਆਪਣੇ ਰੱਖਿਆ ਵੀ ਸਾਰੀ ਉਮਰ ਦੀ ਜਿਹੜੀ ਕਿ ਕਮਾਈ ਆਉਂਦੀ ਰਹਿਣੀ ਆ। ਸਟੋਰੀ ਕਿੱਦਾਂ ਦੀ ਲੱਗੀ, ਆਪਣੇ ਵਿਚਾਰ ਜ਼ਰੂਰ ਦੱਸਿਓ, ਹੋਰ ਤੁਹਾਨੂੰ ਕਿਹੜੀ ਸਟੋਰੀ ਦੀ ਉਡੀਕ ਆ, ਅਤੇ ਪਲੀਜ਼ ਮੈਨੂੰ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਆਪਾਂ ਕਿਹੜੀਆਂ ਸਟੋਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਰੀਏ। ਤੁਹਾਨੂੰ ਵਧੀਆ ਲੱਗੀ ਵੀਡੀਓ ਤਾਂ ਹੌਸਲਾ ਅਫਜਾਈ ਜ਼ਰੂਰ ਕਰਿਓ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਲਾਲ ਰੰਗ ਦਾ ਬਟਨ ਇੱਧਰਲੇ ਪਾਸੇ ਆ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਇੱਦਾਂ ਦੀਆਂ ਵੀਡੀਓ ਇਸੇ ਚੈਨਲ ਦੇ ਉੱਪਰ ਆਇਆ ਕਰਨਗੀਆਂ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ, ਆਪਣਾ ਖਿਆਲ ਰੱਖਿਓ, ਸਤਿ ਸ਼੍ਰੀ ਅਕਾਲ।